ਅੱਜ ਮੇਰੇ ਵੱਲੋਂ ਇੱਥੇ ਜੋ ਹੈ ਪਰਿਵਾਰ ਦੇ ਨਾਲ ਜੋ ਹੈ ਉਹਨਾਂ ਦਾ ਦੁੱਖ ਸਾਂਝਾ ਕਰਨ ਵਾਸਤੇ ਮੈਂ ਆਇਆ ਅਤੇ ਜੋ ਐਕਸਗ੍ਰੇਸ਼ੀਆ ਅਮਾਊਂਟ 5 ਲੱਖ ਰੁਪਏ ਦੀ ਬਣਦੀ ਹੈ ਉਹ ਉਹਨਾਂ ਨੂੰ ਹੈਂਡ ਓਵਰ ਕੀਤੀ ਗਈ। ਨਾਲ ਦੇ ਨਾਲ ਜੋ ਸਰਕਾਰ ਵੱਲੋਂ ਕਿਹਾ ਗਿਆ ਕਿ ਇੱਕ ਨੌਕਰੀ ਪਰਿਵਾਰ ਵੱਲ ਕਿਸੇ ਦੇ ਇੱਕ ਮੈਂਬਰ ਨੂੰ ਦਿੱਤੀ ਜਾਏਗੀ, ਆਪਾਂ ਉਹਦੇ ਬਾਰੇ ਵੀ ਕਾਰਵਾਈ ਸ਼ੁਰੂ ਕਰਨੀ ਦਰਖਾਸਤ ਕਰਨ ਲਈ। ਸਰ ਜਿਹੜਾ ਚੌਂਕ ਹੈ ਉਹਦਾ ਨਾਂ ਰੱਖਿਆ ਜਾਊਗਾ ਸੰਵਿਧਾਨ 'ਚੋਂ? ਦੇਖੋ ਇਹਦਾ ਤੋਂ ਫਿਰ ਜੋ ਪ੍ਰੋਸੀਜਰ ਹੈ ਉਸ ਪ੍ਰੋਸੀਜਰ ਨਾਲ ਹੀ ਹੋਗਾ। ਅੱਜ ਜਿਹੜਾ ਸਾਡਾ ਇੱਕ ਲੜਕੇ ਨੂੰ ਇੰਜਰੀ ਲੱਗੀ ਸੀਗੀ ਅਤੇ DMC ਦਾਖਲ ਸੀ, ਉਹਦੀ ਅਰਲੀ ਮੋਰਨਿੰਗ ਡੈਥ ਹੋ ਗਈ ਸੀ ਅਤੇ ਉਹਦਾ ਅੱਜ ਸੰਸਕਾਰ ਸੀਗਾ, ਜਿਹਦੇ ਵਾਸਤੇ ਸਿਕਿਉਰਿਟੀ ਅਰੇਂਜਮੈਂਟ ਪ੍ਰੋਪਰ ਕੀਤੇ ਗਏ ਸੀ, ਉਹਦਾ ਪੀਸਫੁਲੀ ਸੰਸਕਾਰ ਹੋ ਗਿਆ। ਕਿੰਨੇ ਕੁ ਤੈਨਾਤ ਸੀਗੇ ਸਾਡੇ ਇੱਥੇ? ਵੈਸੇ ਟੋਟਲ ਜਿਹੜੀ ਫਗਵਾੜਾ ਦੀ ਡਿਊਟੀ ਵਾਸਤੇ ਟੋਟਲ ਪੁਲਿਸ ਤਾਂ 2000+ ਤੈਨਾਤ ਹੈ, ਪਰ ਇਹ ਜਿਹੜੇ ਸੰਸਕਾਰ ਦੇ ਸਿਕਿਉਰਿਟੀ ਅਰੇਂਜਮੈਂਟ ਸੀ ਇਹਦੇ ਵਾਸਤੇ ਤਾਂ ਥੋੜ੍ਹੀ ਲਗਾਈ ਗਈ। ਸਰ ਕਿਹੜੀ ਧਾਰਾ 'ਤੇ ਕੀ ਮਾਮਲਾ ਦਰਜ ਕੀਤਾ ਗਿਆ ਜਿਹੜਾ ਆਰੋਪੀ ਗ੍ਰਿਫਤਾਰ ਸੀ? ਮਾਮਲਾ ਤਾਂ ਪਹਿਲਾਂ ਤੋਂ ਹੀ ਦਰਜ ਹੈ ਜੀ, ਉਹ 4 ਆਰੋਪੀ ਵੀ ਗ੍ਰਿਫਤਾਰ ਨੇ, ਬਟ ਹੁਣ ਕਿਉਂਕਿ ਲੜਕੇ ਦੀ ਡੈਥ ਹੋ ਗਈ ਹੈ ਅਤੇ ਹੁਣ 302 ਸੈਕਸ਼ਨ ਦਾ ਵਾਧਾ ਹੋ ਜਾਏਗਾ। ਸਰ ਦੂਸਰੀ ਧਿਰ ਤੋਂ ਵੀ ਕੋਈ ਗ੍ਰਿਫਤਾਰ ਕੀਤਾ ਗਿਆ ਹੁਣ? ਨਹੀਂ, ਅਜੇ ਨਹੀਂ ਜੀ, ਅਜੇ ਤਫਤੀਸ਼ ਚੱਲ ਰਹੀ ਹੈ, ਤਫਤੀਸ਼ੀ ਅਫਸਰ ਕੰਮ ਕਰ ਰਹੇ ਹਨ। ਅਤੇ ਜਿਸ ਤਰ੍ਹਾਂ ਸ਼ਹਿਰ ਦੇ ਵਿੱਚ ਅਫਵਾਹਾਂ ਦਾ ਮਾਹੌਲ ਚੱਲ ਰਿਹਾ, ਕੀ ਜਨਤਾ ਨੂੰ ਤੁਸੀਂ ਸ਼ਹਿਰ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਇਹੀ ਮੈਸੇਜ ਹੈ ਜੀ ਕਿ ਕੋਈ ਅਫਵਾਹਾਂ 'ਤੇ ਯਕੀਨ ਨਾ ਕਰਨ, ਕੋਈ ਕੁਛ ਕਹਿ ਰਿਹਾ ਕੋਈ ਕੁਛ ਕਹਿ ਰਿਹਾ, ਅਤੇ ਸੰਯਮ ਬਣਾ ਕੇ ਰੱਖਣ ਔਰ ਸ਼ਾਂਤੀ ਬਣਾ ਕੇ ਰੱਖਣ। ਗੇਜਰਾਂ ਵਾਲਮੀਕੀ, ਅਸੀਂ ਤਾਂ ਇਹ ਘਟਨਾ ਜਿਹੜੀ ਬਹੁਤ ਹੀ ਮੰਦਘਾਤੀ ਘਟਨਾ ਹੋਈ ਹੈ, ਇਹ ਘਟਨਾ ਦੇ ਨਾਲ ਜੇ ਸਾਡੇ ਵਾਲਮੀਕੀ ਸਮਾਜ ਨੂੰ ਜੋ ਸਾਡਾ ਘਾਟਾ ਪਿਆ ਹੈ ਨਾ ਤਾਂ ਪੂਰਾ ਹੋਣੇ ਵਾਲਾ, ਅਤੇ ਅਸੀਂ ਤਾਂ ਇਹੀ ਅਰਦਾਸ ਕਰਦੇ ਹਾਂ ਕਿ ਪਰਮ ਪਿਤਾ ਪਰਮਾਤਮਾ ਦੇ ਅੱਗੇ ਸਤਿਗੁਰੂ ਵਾਲਮੀਕਿ ਮਹਾਰਾਜ ਵੀ ਸੱਚੇ ਪਾਤਸ਼ਾਹ ਜਿਹੜੀ ਪਰਿਵਾਰ ਨੂੰ ਘਾਟਾ ਪਿਆ ਹੈ ਨਾ ਪੂਰਾ ਹੋਣ ਵਾਲਾ। ਅਤੇ ਦੂਸਰੇ ਪਾਸੇ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਵੀ ਜਿਹੜੇ ਦੋਸ਼ੀ ਸਰੇਆਮ ਬਾਹਰ ਘੁੰਮ ਰਹੇ ਹੈ, ਸਰਕਾਰ ਉਹਨੂੰ ਫੌਰੀ ਤੌਰ 'ਤੇ ਅਰੈਸਟ ਕਰੇ ਅਤੇ ਵਾਲਮੀਕਿ ਸਮਾਜ ਨੂੰ ਇਨਸਾਫ ਦਿਲਾਵੇ। ਅੱਜ ਜੇਕਰ ਬੱਚੇ ਦਾ ਸੰਸਕਾਰ ਕੀਤਾ ਗਿਆ ਅਤੇ ਇਹਦੇ ਵਿੱਚ ਸਾਰੇ ਹੀ ਲੋਕਾਂ ਨੇ ਭਾਗ ਲਿੱਤਾ, ਅਸੀਂ ਪਗਵਾੜਾ ਨੂੰ ਕਿਸੇ ਪਾਸੇ ਤੋਂ ਵੀ ਅਸ਼ਾਂਤੀ ਭੰਗ ਨਹੀਂ ਹੋਣ ਦੇਣੀ, ਅਸੀਂ ਸ਼ਾਂਤਮਾਈ ਢੰਗ ਨਾਲ ਖੜ੍ਹੇ ਹਾਂ। ਮੇਰੇ ਮਾਨਯੋਗ ਸੇਠੀ ਸਾਹਿਬ, ਸਲੋਤਰਾ ਜੀ, ਕੇਈ ਸਾਹਿਬ, ਇਹ ਐਕਸ਼ਨ ਕਮੇਟੀ ਦੇ ਸਾਡੇ ਅਹੁਦੇਦਾਰ ਹੈ। ਅਸੀਂ ਜੋ ਸਾਡੇ ਮਾਨਯੋਗ ਮਹਾਰਾਜਾ ਅਮਰਿੰਦਰ ਸਿੰਘ ਕੈਪਟਨ ਸਾਹਿਬ ਨੇ ਸਾਡੇ ਸੰਵਿਧਾਨ ਚੌਂਕ ਦਾ ਨਾਮ ਰੱਖਿਆ ਗਿਆ, ਅਸੀਂ ਇਹ ਸੰਵਿਧਾਨ ਚੌਂਕ ਦੇ ਉੱਤੇ ਡਟ ਕੇ ਪਹਿਰਾ ਦੇਵਾਂਗੇ ਅਤੇ ਜਿਹੜਾ ਸਾਡਾ ਬੱਚਾ ਪੂਰਾ ਹੋਇਆ ਉਹਦੀ ਅਸੀਂ ਉਹ ਚੌਂਕ ਦੇ ਵਿੱਚ ਬਹੁਤ ਵੱਡੀ ਨਾਂ ਲਿਖਾ ਕੇ ਅਤੇ ਪਰਮ ਪਿਤਾ ਪਰਮਾਤਮਾ ਸਤਿਗੁਰੂ ਵਾਲਮੀਕਿ ਮਹਾਰਾਜ ਦੇ ਆਸ਼ੀਰਵਾਦ ਪ੍ਰਾਪਤ ਕਰਾਂਗੇ। ਇਹੀ ਸਾਡੀ ਬੇਨਤੀ ਹੈ ਵੀ ਪ੍ਰਸ਼ਾਸਨ ਸਾਡੇ ਨਾਲ ਖੜ੍ਹਿਆ ਅਤੇ ਬਾਕੀ ਸਾਰੇ ਲੋਕ ਖੜ੍ਹੇ ਹੈ, ਪਰ ਜਿਹੜੇ ਮੁਰਜ਼ਮ ਹੈ ਜਿਨ੍ਹਾਂ ਨੇ ਧੱਕੇਸ਼ਾਹੀ ਕੀਤੀ ਹੈ, ਸਾਡੇ ਬੱਚੇ ਦੇ ਬ੍ਰੇਨ ਦੇ ਵਿੱਚ ਗੋਲੀ ਮਾਰੀ ਹੈ, ਉਹ ਅੱਜ ਸਰੇਆਮ ਫਗਵਾੜੇ 'ਚ ਘੁੰਮ ਰਹੇ ਹੈ, ਉਹ ਬਹੁਤ ਹੀ ਨਿੰਦਣਯੋਗ ਗੱਲ ਹੈ। ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ, ਮੀਡੀਆ ਤੋਂ ਇਹ ਅਪੀਲ ਕਰਦੇ ਹਾਂ ਵੀ ਇਹਨਾਂ ਬੰਦਿਆਂ ਨੂੰ ਫੌਰੀ ਤੌਰ 'ਤੇ ਅਰੈਸਟ ਕਰਕੇ ਤਾਂ ਜੋ ਵਾਲਮੀਕਿ ਸਮਾਜ ਜਿਹੜਾ ਪੂਰੇ ਹਿੰਦੁਸਤਾਨ, ਪੂਰੇ ਦੇਸ਼ ਦੇ ਵਿੱਚ ਔਰ ਪੰਜਾਬ ਦੇ ਵਿੱਚ ਬੈਠੇ ਹੈ, ਇਹਨਾਂ ਨੂੰ ਪੂਰੀ ਤਰ੍ਹਾਂ ਸ਼ਾਂਤ ਹੋ ਸਕਣ ਅਤੇ ਆਰਾਮ ਨਾਲ ਬੈਠ ਸਕਣ। ਜਦ ਤੱਕ ਇਹ ਰੈਸਟ ਨਹੀਂ ਹੁੰਦੇ, ਇਹ ਵਾਲਮੀਕਿ ਸਮਾਜ ਰੈਸਟ ਹੋਣ ਤੋਂ ਬਾਅਦ ਹੀ ਸ਼ਾਂਤ ਹੋਏਗਾ। ਇਹੀ ਬੇਨਤੀ ਹੈ ਪ੍ਰਸ਼ਾਸਨ ਨੂੰ ਅਤੇ ਆਮ ਲੋਕਾਂ ਨੂੰ ਵੀ, ਆਪਾਂ ਨੇ ਫਗਵਾੜੇ 'ਚ ਕਿਸੇ ਨਾਲ ਸਾਡਾ ਕੋਈ ਜਾਤੀ ਸੰਬੰਧ ਲੜਾਈ ਝਗੜਾ ਨਹੀਂ ਹੈ, ਸਾਡਾ ਦੋਸ਼ੀਆਂ ਦੇ ਖਿਲਾਫ ਹੈ, ਉਹ ਸਾਡਾ ਅੱਜ ਵੀ ਔਰ ਕੱਲ੍ਹ ਵੀ ਰਹੇਗਾ। ਜੇ ਅਗਰ ਕੋਈ ਵੀ ਬੰਦਾ, ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਆਪਣੀ ਨਿੱਜੀ ਤੌਰ 'ਤੇ ਕੋਈ ਲੜਾਈ ਨਾ ਲੜੀ ਜਾਵੇ, ਲੜਾਈ ਐਕਸ਼ਨ ਕਮੇਟੀ ਜੋ ਵੀ ਫੈਸਲਾ ਕਰੇਗੀ ਉਹ ਤੁਹਾਨੂੰ ਸਾਰਿਆਂ ਨੂੰ ਦੱਸ ਦਿੱਤਾ ਜਾਊਗਾ। ਅਗਰ ਇਹ ਪ੍ਰਸ਼ਾਸਨ ਕੁਝ ਦਿਨ ਜਿਹੜੇ ਦਿੱਤੇ ਜਾ ਰਹੇ ਹਨ 2-4 ਦਿਨ ਦੇ ਵਿੱਚ, ਅਸੀਂ ਕਹਾਂਗੇ ਜਲਦੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਉਹ ਕਿਹੜੇ ਬੰਦੇ ਜਿਨ੍ਹਾਂ ਨੂੰ ਗ੍ਰਿਫਤਾਰ ਕਰਨ ਦੀ? ਉਹ ਪ੍ਰਸ਼ਾਸਨ ਨੂੰ ਪਤਾ ਜੀ, ਉਹ FIR ਦੇ ਵਿੱਚ 9 ਦਰਜ ਹੈ। ਐਕਚੁਅਲ ਤੇ FIR ਦੇ ਵਿੱਚ 12 13 ਬੰਦੇ ਨੇ, ਦੇ ਵਿੱਚ 12 13 ਬੰਦਿਆਂ ਦੇ ਨਾਂ ਹੈ, 16 ਨਾਂ ਹੈ ਉਹਨਾਂ ਦੇ ਵਿੱਚ। ਉਹ ਸਾਨੂੰ ਪ੍ਰਸ਼ਾਸਨ ਨੂੰ ਦੱਸਣ ਦੀ ਲੋੜ ਨਹੀਂ, ਕਿਉਂਕਿ ਪ੍ਰਸ਼ਾਸਨ ਦੇ ਕੋਲ ਪਹਿਲਾਂ ਹੀ ਉਹ FIR ਦਰਜ ਹੋਈ ਵੀ ਹੈ। ਅਸੀਂ ਜਿਹੜੇ FIR ਦੇ ਵਿੱਚ 9 ਦਰਜ ਹੈ ਉਹਨਾਂ ਦੀ ਗ੍ਰਿਫਤਾਰੀ ਕਹਿੰਦੇ, ਨਾ ਕਿ ਅਸੀਂ ਹੋਰ ਲੋਕਾਂ ਦੀ ਕਹਿ ਰਹੇ ਹਾਂ, ਅਸੀਂ ਆਮ ਲੋਕਾਂ ਦੀ ਗ੍ਰਿਫਤਾਰੀ ਬਾਰੇ ਨਹੀਂ ਕਹਿ ਰਹੇ, ਜਿਹੜੇ ਸਰੀਫ ਲੋਕ ਉਹਨਾਂ ਵਾਸਤੇ ਨਹੀਂ, ਜਿਹੜੇ ਬਦਮਾਸ਼ ਹੈ, ਗੁੰਡੇ ਹੈ, ਜਿਨ੍ਹਾਂ ਨੇ ਗੋਲੀਆਂ ਚਲਾਈਆਂ, ਅਸੀਂ ਉਹਨਾਂ ਬਾਰੇ ਗ੍ਰਿਫਤਾਰੀ ਕਹਿੰਦੇ ਹਾਂ। ਸਰਕਾਰ ਵੱਲੋਂ ਸਹਾਇਤਾ ਕੁਛ ਆਈ ਹੈ, ਬਾਕੀ ਜਿਹੜੀ ਸਾਡੀ ਸਹਾਇਤਾ, ਅਸੀਂ ਘੱਟੋ ਘੱਟ ਸਹਾਇਤਾ ਦੇਣੀ ਹੈ, ਅਸੀਂ ਸਹਾਇਤਾ ਘੱਟੋ ਘੱਟ 25 ਲੱਖ ਰੁਪਈਆ ਮਹਾਰਾਜਾ ਅਮਰਿੰਦਰ ਸਿੰਘ ਦੇ ਕੋਲੋਂ ਅਸੀਂ ਜਾ ਕੇ ਉੱਧਰ ਮੀਟਿੰਗ ਦੀ ਵੀ ਗੱਲ ਰੱਖੀ ਤੇ ਅੱਜ ਫਿਰ ਰੱਖ ਰਹੇ ਹਾਂ, ਘੱਟੋ ਘੱਟ ਨੌਕਰੀ ਨਾਲ ਅਤੇ ਨਾਲ ਉਹਨਾਂ ਦੇ ਪਰਿਵਾਰ ਦੇ ਵਿੱਚ
ਵਧੀਆ ਤਰੀਕੇ ਨਾਲ ਅੱਜ ਸਾਡਾ ਜੀ ਚਲਾ ਗਿਆ ਅਤੇ ਉਹਦੇ ਪਰਿਵਾਰ ਸਹੀ ਤਰੀਕੇ ਨਾਲ ਜੀ ਸਕਣ ਅਤੇ ਨਾਲ ਆਰਾਮ ਨਾਲ ਰਹਿ ਸਕਣ, ਉਹਦੇ ਵਾਸਤੇ ਅਸੀਂ 25 ਲੱਖ ਰੁਪਏ ਦੀ ਜਿਹੜੀ ਗ੍ਰਾਂਟ ਹੈ CM ਦੇ ਖਾਤੇ ਵਿੱਚੋਂ ਮੰਗਦੇ ਹਾਂ ਅਤੇ DC ਸਾਹਿਬ ਸਾਡੀ ਇਹਦੇ ਵਿੱਚ SSP ਸਾਹਿਬ ਸਾਡੀ ਸਿਫਾਰਸ਼ ਕਰਨ ਤਾਂ ਜੋ ਇਹ ਬੱਚੇ ਦੀ ਮਾਤਾ ਨੂੰ ਪਿਤਾ ਨੂੰ 25 ਲੱਖ ਰੁਪਇਆ ਮਿਲੇ ਜਿਹਦੇ ਨਾਲ ਇਹ ਆਪਣਾ ਸਹੀ ਗੁਜ਼ਾਰਾ ਚਲਾ ਸਕਣ। ਨੌਕਰੀ ਜਿਹੜੀ CM ਸਾਹਿਬ ਨੇ ਕਿਹਾ, DC ਸਾਹਿਬ ਦੀ ਹਾਜ਼ਰੀ 'ਚ SSP ਨਾ ਸੀਗੇ ਉਸ ਟਾਈਮ ਸਾਡੇ ਨਾਲ, ਸਾਡੇ ਸੇਠੀ ਸਾਹਿਬ ਸਲਹੋਤਰਾ ਜੀ ਔਰ ਸਾਡੇ ਕਈ ਸਾਹਿਬ, ਇਹ ਸਾਰੀ ਐਕਸ਼ਨ ਕਮੇਟੀ ਸਾਡੇ ਨਾਲ ਸੀਗੀ। ਅਸੀਂ ਸਾਰਿਆਂ ਨੇ ਹੀ ਦੁਬਾਰਾ ਫਿਰ ਅਸੀਂ ਅਪੀਲ ਕਰਦੇ ਹਾਂ DC ਸਾਹਿਬ ਨੂੰ ਵੀ, SSP ਸਾਹਿਬ ਨੂੰ ਵੀ, ਇਹ 25 ਲੱਖ ਰੁਪਇਆ ਅਤੇ ਜਿਹੜੀ ਨੌਕਰੀ ਅਸੀਂ ਦਰਖਾਸਤ ਸਾਨੂੰ ਮੈਨੂੰ ਕਿਹਾ, ਕਹਿੰਦੇ ਲਿਖ ਕੇ ਦੇਵੋ, ਅਸੀਂ ਲਿਖ ਕੇ ਤੁਹਾਨੂੰ ਦੇ ਦਿੰਦੇ ਹਾਂ ਅਤੇ ਨਾਲ ਜਿਹੜੇ ਦੋਸ਼ੀ ਆ ਉਹਨਾਂ ਦੀ ਲਿਸਟ ਵੀ ਅਸੀਂ ਦੇ ਦਿੰਦੇ ਹਾਂ, ਜੇ ਵਾਈ ਦੀ ਵੇ ਤੁਹਾਡੇ ਕੋਲ ਨਹੀਂ ਹੈ ਅਸੀਂ ਦੇਣ ਨੂੰ ਤਿਆਰ ਹੈ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਸਾਰਿਆਂ ਨੂੰ। ਜੈ ਵਾਲਮੀਕੀ।